ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮਹਰ ਜੀਓ ਧੰਨ ਸਾਹਿਬ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਜੀਮ ਵੱਲੋਂ ਜੋ ਸ਼ਬਦਾਂ ਦੀ ਵਿਚਾਰ ਦਾ ਉਪਰਾਲਾ ਮਹਾਰਾਜ ਨੇ ਤਸ ਕਰਕੇ ਸਿਰਦੇ ਹੋ ਕੇ ਹੱਥ ਰੱਖ ਕੇ ਸ਼ੁਰੂ ਕਰਵਾਇਆ ਹੈ ਉਸ ਦੀ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਆਪ ਜੀ ਕਿਰਪਾ ਕਰਕੇ ਸਰਵਨ ਕਰਵ ਜੀ ਗੌੜੀ ਪੂਰਬੀ ਮਹੱਲਾ ਪੰਜਵਾਂ ਮਨ ਮੇਰੇ ਸਰਨ ਪ੍ਰਾਨ ਸੁਖ ਪਾਏ ਇਹ ਸ਼ਬਦ ਸਹਾਇਤਾ ਨੂੰ ਪੜੇ ਚਾਰ ਪਾਠ ਹਮੇਸ਼ਾ ਕਰੇ ਐਤਵਾਰ ਤੋਂ ਲੈ ਕੇ ਅੰਮ੍ਰਿਤ ਵੇਲੇ ਦੁੱਖ ਸਮੇਂ ਸਹਾਇਤਾ ਹੋਵੇ ਕਿਸੇ ਨੂੰ ਕੋਈ ਦੁੱਖ ਹੈ ਸਹਾਇਤਾ ਚਾਹੀਦੀ ਹੈ ਅਸੀਂ ਕਿਸੇ ਦੀ ਸਹਾਇਤਾ ਨਾ ਤੱਕ ਦੇ ਪਰਮੇਸ਼ਰ ਜੀ ਦੀ ਸਹਾਇਤਾ ਤੱਕ ਇਹ ਸ਼ਬਦ ਜਿਹੜਾ ਹੈ ਸਿਰਫ ਤੇ ਸਿਰਫ 41 ਵਾਰ ਗੁਸਤਾਖੀ ਦੀ ਮਾਫੀ 41 파ਠ ਹਮੇਸ਼ਾ ਕਰਨੇ ਨੇ ਐਤਵਾਰ ਤੋਂ ਲੈ ਕੇ ਸ਼ਬਦ ਵਾਲੇ ਪਾਸੇ ਲੈ ਕੇ ਚਲਦੇ ਹਾਂ ਸੰਗਤ ਜੀ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਣ ਪ੍ਰਭੂ ਸੁਖ ਪਾਏ ਚਾਹ ਦਿਨ ਬਿਸਰੈ ਪ੍ਰਾਨ ਸੁਖ ਦਾਤਾ 100 ਦਿਨ ਜਾਤ ਅਜਾਏ ਰਹਾਓ ਇੱਕ ਰੈਣ ਕੇ ਪਾਉਨ ਤੁਮ ਆਏ ਬੋ ਜੁਗ ਆਸ ਬਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਖਿਨ ਮੈਂ ਹੋਤ ਪਰਾਏ ਪਹਿਰੇ ਬਾਗਾ ਕਰ ਇਸਨਾਨਾ ਚੋਆ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨੇ ਆ ਜਿਉ ਹਸਤੀ ਨਾ ਵਾਏ ਜਿਉ ਹੋਏ ਕਿਰਪਾਲ ਤਾਂ ਸਤਗੁਰ ਮਿਲੈ ਸਭ ਸੁਖ ਹਰ ਕੇ ਨਾਏ ਮੁਕਤ ਪਿਆ ਬੰਦਰ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੁਰਪਿਆਰੀ ਸਾਧ ਸੰਗਤ ਜੀ ਇਹ ਮਹਾਰਾਜਿਆਂ ਦੇ ਅੰਗ ਨੰਬਰ 212 ਦੇ ਉੱਤੇ ਸ਼ਬਦ ਜਿਹੜਾ ਹੈ ਉਹ ਸੁਭਾਏਮਾਨ ਹੈ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਅਗਲੇ ਸ਼ਬਦ ਵਾਲੇ ਪਾਸੇ ਚਲਦੇ ਹਾਂ ਗੌੜੀ ਮੁਹੱਲਾ ਪਹਿਲਾ ਬ੍ਰਹਮਾ ਗਰਭ ਕਿਆ ਨਹੀਂ ਜਾਣਿਆ ਇਹ ਸ਼ਬਦ ਗਰਮ ਨਿਵਾਰਨ ਤੇ ਪੜਾਇਆ 2100 जपना 21 ਦਿਨਾਂ ਮੈਂ ਰਵੀਵਾਰ ਸ਼ੁਭ ਸਮੇਂ ਮਨ ਦਾ ਗਰਭ ਮਿਟਾ ਸ਼ਬਦ ਵਾਲੇ ਪਾਸੇ ਲੈ ਕੇ ਚਲਦੇ ਹਾਂ ਗੁਰੂ ਪਿਆਰੀਓ ਜੀ ਗੋੜੀ ਮਹੱਲਾ ਪਹਿਲਾ ਸੰਗਤ ਜੀ ਇੱਥੇ ਥੋੜੀ ਜੀ ਗਲਤੀ ਹੈ ਇੱਥੇ ਜਿਹੜਾ ਆ ਉਹ ਗੋੜੀ ਮਹੱਲਾ ਪਹਿਲਾ ਲਿਖਿਆ ਪਰ ਇੱਥੇ ਗੋੜੀ ਮਹੱਲਾ ਪੰਜਵਾਂ ਲਿਖਿਆ ਸੀ ਗੋੜੀ ਮਹੱਲਾ ਪਹਿਲਾ ਕਰ ਦਿੱਤਾ ਗਿਆ ਗੋੜੀ ਮਹੱਲਾ ਪਹਿਲਾ ਪਰ ਮੈਂ ਗਰਭ ਕਿਆ ਨਹੀਂ ਜਾਣਿਆ ਬੇਦ ਕੀ ਵਿਪਤ ਪੜੀ ਪਛਤਾਨਿਆ ਜੈ ਪ੍ਰਭ ਸਿਮਰੈ ਤਹੀਂ ਮਨ ਮਾਨਿਆ ਐਸਾ ਗਰਬ ਬੁਰਾ ਸੰਸਾਰੇ ਜਿਸ ਗੁਰ ਮਿਲੇ ਤਿਸ ਗਰਬ ਨਿਵਾਰੈ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੇ ਬੋ ਭਾਰ ਅਫਾਰੀ ਬਿਨ ਗੁਰ ਪੁੱਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨਾ ਪਾਇਆ ਭੇਵੈ ਆਪ ਭੁਲਾਏ ਆਪੇ ਮਤ ਦੇਵਾ ਦੁਰਮਤ ਹਰਨਾਖਸ ਦੁਰਾਚਾਰੀ ਪਰਮ ਨਾਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਉਦਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਗੁਰ ਹੇਤ ਸੈਸ ਬਾਹ ਮਦ ਕੀਟ ਮਹਖਾਸ ਹਰਨਾਖਸਲੇ ਨਖੋ ਬੇਦਾਸਾ ਦਾਤ ਸੰਘਾਰੇ ਬਿਨ ਭਗਤ ਅਬਲਾਸਾ ਜਰਾ ਸੰਦ ਕਾਲ ਜਮਨ ਸੰਘਾਰੇ ਰક્ત ਬੀਜ ਕਾਲ ਨੇਮ ਬਿਦਾਰੇ ਦਾਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜਾ ਪਾਏ ਦਾਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਯੋਦਨ ਕੋਈ RAM ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨਮੇ ਜਨਮੇ ਜੈ ਗੁਰ ਸਬਦ ਨਾ ਜਾਣਿਆ ਜਿਨ ਕੋ ਜਿਨ ਸੁਖ ਪਾਵੈ ਪਰਮ ਭੁਲਾਣਿਆ ਇਕ ਤਿਲ ਭੁਲੇ ਬਹੁਤ ਪਛਤਾਨਿਆ ਕੰਸ ਕੇਸ ਛਾ ਢੂਰ ਨਾ ਕੋਈ RAM ਨਾ ਚੀਨੇ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖਿਆ ਕੋਈ ਬਿਨ ਗੁਰ ਗਰਬ ਟਮੇਟਿਆ ਜਾਏ ਗੁਰਮਤ ਧਰਮ ਧੀਰਜ ਹਰਨਾਏ ਨਾਨਕ ਨਾਮ ਮਿਲੇ ਗੁਣ ਗਾਏ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸ਼ਬਦ ਮਹਾਰਾਜਿਆਂ ਦੇ ਅੰਗਨੰਗ ਵਰ 224 ਦੇ ਉੱਤੇ ਸੁਭਾਇਮਾਨ ਹੈ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਅਗਲੇ ਸ਼ਬਦ ਵੱਲੇ ਪਾਸੇ ਲੈ ਕੇ ਚਲਦੇ ਹਾਂ ਸੰਗਤ ਜੀ ਅਸ਼ਟਪਦੀ ਦੂਜੀ ਗੁਰਸੇਵਾ ਤੇ ਨਾਮੈ ਲਾਗਾ ਇਹ ਸ਼ਬਦ ਪੰਜ ਵਾਰ ਰੋਜ਼ ਜਪਾ ਸੋਮਵਾਰ ਸੁੱਭ ਸਮੇਂ ਆਰੰਭ ਕਰੇ ਪਉ ਮਿਟੇ ਸ਼ਬਦ ਵੱਲੇ ਪਾਸੇ ਲੈ ਕੇ ਚਲਦੇ ਹਾਂ ਸੰਗਤ ਜੀ ਗੋੜੀ ਮਹੱਲਾ ਪੰਜਵਾਂ ਗੁਰਸੇਵਾ ਤੇ ਨਾਮੈ ਲਾਗਾ تس کو ملیا جس مستق پاگا تس کے ہردے رویا سوئے منتن سیتل نہ چل ہوئے ایسا کیرتن کرمن میرے ایہاں اوہاں جو کام تیرہ رہاو جاس جپت پاو اپدا جائے تاوت منوا آوے ٹھائے ਜਾਸ ਜਪਤ ਫਿਰ ਦੁੱਖ ਨਾ ਲਾਗੇ ਜਾਸ ਜਪਤ ਫਿਰ ਹੋ ਮੈਂ ਭਾਗੇ ਜਾਸ ਜਪਤ ਬਸ ਆਵੇ ਪੰਚਾ ਜਾਸ ਜਪਤ ਹਿਰਦੈ ਅਮਰਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗ ਸਿਜੈ ਜਾਸ ਜਪਤ ਕੋਟ ਮਿਟੈ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਨ ਸਗਲੀ ਖੋਵੈ ਜਾਸ ਜਪਤ ਰਤਨ ہر مل بور نہ چھوڈ ہر سنگ ہل جاز جبد کئی بہ کمٹھ واس جا جبد سہ نواس جا جبدہ اگر نہ پوہت جاس جبد کال نہ جوہت جاز جبت تیرا نرمل ماتھا جاز جبت سغلا دکھ لاتا جاس جبت مسکل کشو بنے جاز جبت سن اندنے جاس جبت یہ نرمل سوئے جاز جبت ਕਮਲ ਸੀਦਾ ਹੋਏ ਗੁਰ ਸੁ ਗ੍ਰਸਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਨ ਭੋਜਨ ਚੂਰਾ ਕੋਹ ਨਾਨਕ ਤਿਸ ਸਤਗੁਰ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਸ਼ਬਦ ਮਹਾਰਾਜਿਆਂ ਦੇ ਅੰਗ ਨੰਬਰ 236 236 ਦੇ ਉਤੇ ਸੁਭਾਇਮਾਨ ਹੈ ਆਪ ਜੀ ਜਾ ਕੇ ਦਰਸ਼ਨ ਕਰ ਸਕਦੇ ਹੋ ਅੱਗੇ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਸੰਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ